ਨਕੋਦਰ ਕਾਂਡ ਦੇ ਸ਼ਹੀਦਾਂ ਨੂੰ ਇਨਸਾਫ਼ ਦਿਵਾਉਣ ਲਈ ਸ਼ੁਰੂ ਕੀਤੀ ਗਈ ਮੁਹਿੰਮ ਆਖਰਕਾਰ ਰੰਗ ਲੈ ਹੀ ਆਈ। ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਨੇ ਇਸ ਸੰਬੰਧੀ ਪੰਜਾਬ ਸਰਕਾਰ ਕੋਲੋਂ ਰਿਪੋਰਟ ਮੰਗ ਲਈ ਹੈ। ਇਸ ਕਾਂਡ ਦੌਰਾਨ 32 ਸਾਲ ਪਹਿਲਾਂ ਸਨ 1986 ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਬਾਅਦ ਵਿਰੋਧ ਕਰ ਰਹੀ ਜਿਸ ਸਿੱਖ ਸੰਗਤ 'ਤੇ ਗੋਲੀਆਂ ਚਲਾ ਕੇ ਅਕਾਲੀ ਸਰਕਾਰ ਦੀ ਪੁਲਿਸ ਨੇ 4 ਨਿਰਦੋਸ਼ ਸਿੰਘਾਂ ਦਾ ਕਤਲ ਕਰ ਦਿੱਤਾ ਸੀ, ਇਸ ਤੋਂ ਬਾਅਦ ਹੁਣ ਜਾ ਕੇ ਉਹਨਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਇਨਸਾਫ਼ ਦੀ ਉਮੀਦ ਜਾਗੀ ਹੈ। ਇਹ ਉਮੀਦ ਜਗਾਈ ਹੈ ਪਟਿਆਲਾ ਦੇ ਸਾਂਸਦ ਡਾਕਟਰ ਧਰਮਵੀਰ ਗਾਂਧੀ ਨੇ, ਜਿਨ੍ਹਾਂ ਭਾਰਤ ਸਰਕਾਰ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਇਹ ਲਿਖਤੀ ਬੇਨਤੀ ਕੀਤੀ ਸੀ ਕਿ ਕੇਂਦਰੀ ਗ੍ਰਹਿ ਮੰਤਰਾਲਾ ਉਸ ਵੇਲੇ ਬਿਠਾਏ ਗਏ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਦੀ ਰਿਪੋਰਟ ਨੂੰ ਜਨਤਕ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਲਈ ਪੰਜਾਬ ਸਰਕਾਰ ਨੂੰ ਦਿਸ਼ਾ ਨਿਰਦੇਸ਼ ਦੇਵੇ। ਡਾਕਟਰ ਗਾਂਧੀ ਦੀ ਇਹ ਲਿਖਤੀ ਅਪੀਲ ਰੰਗ ਲਿਆਈ, ਜਿਸ ਨੂੰ ਪੜ੍ਹਦਿਆਂ ਹੀ ਗ੍ਰਹਿ ਮੰਤਰੀ ਨੇ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਰਿਪੋਰਟ ਭੇਜਣ ਦੇ ਹੁਕਮ ਦਿੱਤੇ ਨੇ। ਇਸ ਸੰਬੰਧ ਵਿੱਚ ਸਾਡੇ ਸੀਨੀਅਰ ਪੱਤਰਕਾਰ ਕੁਲਵੰਤ ਸਿੰਘ ਵੱਲੋਂ ਨਕੋਦਰ ਕਾਂਡ ਦੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾ ਦੇ ਪਿਤਾ ਬਲਦੇਵ ਸਿੰਘ ਲਿੱਤਰਾ ਨਾਲ ਫੋਨ ਉੱਤੇ ਗੱਲਬਾਤ ਕੀਤੀ ਗਈ, ਜਿਸ ਵਿੱਚ ਬਲਦੇਵ ਸਿੰਘ ਲਿੱਤਰਾ ਨੇ ਕਿਹਾ ਕਿ ਇਸ ਕਾਂਡ ਵਿੱਚ ਦੋਸ਼ੀ ਅਧਿਕਾਰੀਆਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ। ਬੜੇ ਲੰਬੇ ਸੰਘਰਸ਼ ਤੋਂ ਬਾਅਦ ਆਖਰਕਾਰ ਜਿਹੜਾ ਭਾਰਤ ਸਰਕਾਰ ਦੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਰਿਪੋਰਟ ਭੇਜਣ ਲਈ ਕਿਹਾ ਨਕੋਦਰ ਕਾਂਡ ਦੇ ਸ਼ਹੀਦਾਂ ਸੰਬੰਧੀ, ਇਹ ਕੀ ਮਾਮਲਾ ਹੈ ਤੇ ਕਿਸ ਤਰ੍ਹਾਂ ਤੁਹਾਨੂੰ ਮਤਲਬ ਇੱਥੇ ਤੱਕ ਪਹੁੰਚਾ? ਗੱਲ ਇਵੇਂ ਆ ਜੀ, ਮੈਂ ਪਹਿਲਾਂ ਤਾਂ ਸਾਰਿਆਂ ਦਾ ਧੰਨਵਾਦ ਕਰਦਾ ਜਿਹੜੇ ਤੁਹਾਡੇ ਮੀਡੀਆ ਦਾ ਵੀ ਤੁਸੀਂ ਹਮੇਸ਼ਾ ਹੀ ਸਾਡੇ ਜਿਹੜੀ ਇਹ ਗੱਲ ਹੈਗੀ ਆ ਚੱਕਦੇ ਹੈਗੇ ਆ, ਖਾਸ ਕਰਕੇ ਫਰੂਕੀ ਸਾਹਿਬ, ਟਵਾਣਾ ਸਾਹਿਬ ਤੇ ਕੁਲਵੰਤ ਸਿੰਘ ਜੀ ਤੁਸੀਂ, ਤੇ ਬਾਕੀ ਇਹ ਜਿਹੜੇ ਤਿੰਨੇ ਹੀ ਜਿਹੜੇ ਆਪਣੇ ਲੋਕ ਹਿੱਤੂ ਹੈਗੇ ਆ ਨੇਤਾ ਧਰਮਵੀਰ ਜੀ, ਫੁਲਕਾ ਜੀ ਤੇ ਕਮਰ ਸੰਧੂ ਜੀ, ਇਹਨਾਂ ਨੇ ਜਿੰਨੀ ਮੇਰੀ ਮਦਦ ਕੀਤੀ ਆ ਔਰ ਜਿੰਨਾ ਸਾਡੇ ਨਾਲ ਸਹਿਯੋਗ ਕੀਤਾ ਆ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦੀ ਹਾਂ। ਤੇ ਮੈਨੂੰ ਅੱਜ ਸਮਝ ਲਓ 33ਵਾਂ ਸਾਲ ਜਾਂਦਾ ਜੀ ਸਾਡਾ ਇਹ ਘਟਨਾ ਹੋਈ ਨੂੰ, ਤੇ ਮੈਂ ਦਰ ਦਰ ਦੇ ਧੱਕੇ ਖਾਈ ਗਿਆ ਹੈਗਾ, ਪਰ ਮੈਂ ਆਪਣਾ ਹੌਸਲਾ ਨਹੀਂ ਛੱਡਿਆ ਤੇ ਅਖੀਰ ਨੂੰ ਮੈਨੂੰ ਲੱਗਦਾ ਵੀ ਅਸੀਂ ਜਿਹੜਾ ਤੁਰਾ ਸੀਗਾ ਭਾਰਤ ਸਰਕਾਰ ਦਾ ਉਹਦੇ ਤੱਕ ਅਪਰੋਚ ਜਿਹੜੀ ਆ ਉਹ ਗਾਂਧੀ ਜੀ ਨੇ ਕੀਤੀ ਆ, ਮੈਂ ਇਹਨਾਂ ਦਾ ਬਹੁਤ ਧੰਨਵਾਦੀ ਕਰਦਾ। ਹੁਣ ਮੈਨੂੰ ਆਸ ਹੈ ਕਿ ਜਿੱਦਾਂ 84 ਦੇ ਕਤਲੇਆਮ ਦਾ ਇਨਸਾਫ ਮਿਲਿਆ, ਸਾਨੂੰ ਵੀ ਕਿਰਨ ਬੱਝੀ ਆ ਵੀ ਜ਼ਰੂਰ ਸਾਨੂੰ ਵੀ ਕਿਤੇ ਨਾ ਕਿਤੇ ਇਹ ਆਸ ਬੱਝੀ ਹੈਗੀ ਆ। ਇਹ ਸਰਦਾਰ ਬਲਦੇਵ ਸਿੰਘ ਜੀ, ਇਹ ਜਿਸ ਤਰ੍ਹਾਂ ਦਾ ਇਹ ਕਾਂਡ ਵਾਪਰਿਆ ਅਤੇ ਉਸ ਤੋਂ ਬਾਅਦ ਪੰਜਾਬ ਦੀ ਜਿਹੜੀ ਵਿਧਾਨ ਸਭਾ ਦੇ ਅੰਦਰ ਵੀ ਇਹ ਮੁੱਦਾ ਚੱਕਿਆ ਗਿਆ ਸੀ, ਤੁਹਾਨੂੰ ਕੀ ਲੱਗਦਾ ਵੀ ਉੱਥੇ ਇਹ ਮੁੱਦਾ ਕਿਉਂ ਦਬਾ ਦਿੱਤਾ ਗਿਆ? ਗੱਲ ਇਵੇਂ ਆ ਜੀ ਵੀ ਇਹਦੇ ਪਿੱਛੇ ਕਈ ਕੁਛ ਚੱਲਦਾ ਜੀ, ਮੈਂ ਕੁਛ ਨਹੀਂ ਕਹਿ ਸਕਦਾ, ਸਿਆਸਤ ਵੀ ਚੱਲਦੀ ਹੈਗੀ ਆ ਤੇ ਕਈ ਵਾਰੀ ਕਿਸੇ ਨੂੰ ਬਚਾਉਣ ਦੀ ਵੀ ਕੋਈ ਗੱਲ ਹੁੰਦੀ ਆ, ਪਰ ਜਿਹੜਾ ਇਨਸਾਫ ਹੈਗਾ ਆ ਉਹ ਜਿਹੜਾ ਪਰਿਵਾਰਾਂ ਨੂੰ ਮਿਲਣਾ ਚਾਹੀਦਾ ਆ, ਇਹ ਤੋਂ ਉੱਪਰ ਉੱਠ ਕੇ ਪਾਰਟੀਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਜਿਹੜੀਆਂ ਕਿੱਦਾਂ ਦੀਆਂ ਘਟਨਾਵਾਂ ਵਾਪਰੀਆਂ ਹੈਗੀਆਂ ਜਾਂ ਵਾਪਰਦੀਆਂ ਹੈਗੀਆਂ ਉਹਨਾਂ ਦਾ ਇਨਸਾਫ ਮਿਲਣਾ ਚਾਹੀਦਾ। ਬਲਦੇਵ ਸਿੰਘ ਜੀ, ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਹੁਣ ਬਰਗਾੜੀ ਕਾਂਡ ਦੇ ਵਿੱਚ ਹਾਲੇ ਤੱਕ ਜਿਹੜਾ ਉਹ ਪੀੜਤਾਂ ਨੂੰ ਇਨਸਾਫ ਨਹੀਂ ਮਿਲ ਪਾਇਆ, ਅਤੇ ਜਿਸ ਤਰ੍ਹਾਂ ਜਿਹੜਾ ਹੈ ਉਹ ਦੋਸ਼ ਲੱਗਦੇ ਆ ਰਹੇ ਨੇ ਵੀ ਸਰਕਾਰਾਂ ਵੀ ਇਹਨਾਂ ਚੀਜ਼ਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰਦੀਆਂ ਆ ਰਹੀਆਂ ਨੇ, ਅਤੇ ਤੁਹਾਡਾ ਜਿਹੜਾ ਹੈ ਉਹ ਮਸਲਾ ਹਾਲੇ ਸ਼ੁਰੂ ਵੀ ਨਹੀਂ ਹੋਇਆ ਇਨਸਾਫ ਦੀ ਵਾਲੇ ਪਾਸੇ ਨੂੰ, ਤੁਹਾਨੂੰ ਲੱਗਦਾ ਵੀ ਤੁਹਾਨੂੰ ਇਸ ਦੇ ਵਿੱਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਦਖਲ ਅੰਦਾਜ਼ੀ ਤੋਂ ਬਾਅਦ ਇਨਸਾਫ ਮਿਲ ਜਾਏਗਾ? ਪੂਰੀ ਆਸ ਕਰਦੇ ਹਾਂ ਜੀ, ਆਸ ਤਾਂ ਛੱਡਣੀ ਨਹੀਂ ਚਾਹੀਦੀ, ਔਰ ਇਹ ਆਸ ਜਿਹੜੀ ਹੈਗੀ ਆ ਮੈਨੂੰ 2014 ਵਿੱਚ ਜਦੋਂ ਕਾਮਾ ਗਾਟਾ ਮਾਰੂ ਦੇ ਜਿਹੜੇ ਉਸ ਵੇਲੇ ਜਿਹੜੇ ਘਟਨਾ ਸੀਗਾ ਉਹਦੀ ਮਾਫ਼ੀ ਜਿਹੜੀ ਹੈਗੀ ਆ ਕੈਨੇਡਾ ਸਰਕਾਰ ਨੇ ਜਦੋਂ ਮੰਗੀ, ਮੈਂ ਪੂਰਾ ਉਦੋਂ ਦਾ ਆਸ ਬੰਦਾ ਕਿ ਭਾਵੇਂ 100 ਸਾਲ ਲੱਗੇ ਇਨਸਾਫ ਤਾਂ ਮਿਲੂਗਾ ਜੀ, ਮਾਫ਼ੀ ਮੰਗਣੀ ਪਊਗੀ ਜੀ ਪੰਜਾਬ ਸਰਕਾਰ ਨੂੰ। ਤੁਸੀਂ ਕਿਸ ਤਰ੍ਹਾਂ ਦਾ ਇਨਸਾਫ ਚਾਹੁੰਦੇ ਹੋ? ਮੈਂ ਚਾਹੁੰਦਾ ਜੀ, ਪਹਿਲੀ ਗੱਲ ਤਾਂ ਇਹ ਆ ਵੀ ਜੋ ਕੁਛ ਵੀ ਘਟਨਾਵਾਂ ਵਾਪਰੀਆਂ ਉਸ ਵੇਲੇ ਦੇ ਜਿਹੜੇ ਪੁਲਿਸ ਅਫਸਰ ਸੀਗੇ ਜੀ, ਉਸ ਵੇਲੇ ਦੇ ਗੁਰੂ ਜੀ, ਗੁਰੂ ਜਿਹੜਾ ਉਸ ਵੇਲੇ ADC ਸੀ, ਇਹਨੇ ਰਾਤ ਨੂੰ 10 ਵਜੇ ਆਰਡਰ ਕਰਕੇ ਉਹਨਾਂ ਦੇ ਪੋਸਟਮਾਰਟਮ ਕਰਾਏ, ਜੋ ਕਿ
ਉਹਦੀ ਇੰਟਰਨੈਸ਼ਨਲ ਕਾਨੂੰਨ ਦੀ ਇਹ ਉਲੰਘਣਾ ਹੈਗੀ ਆ, ਕਦੀ ਵੀ ਪੋਸਟਮਾਰਟਮ ਨਹੀਂ ਹੋ ਸਕਦੇ। ਦੂਸਰੀ ਗੱਲ ਹੈ, ਐਸ ਡੀ ਐਮ ਸਾਹਿਬ ਨੇ ਤੇ ਡੀ ਐਸ ਪੀ ਉਸ ਵੇਲੇ ਗੋਪਾਲ ਸਿੰਘ ਘੁੰਮਣ ਜੀ ਸੀਗੇ, ਉਹਨਾਂ ਦੀ ਪੂਰੀ ਰਿਪੋਰਟ ਜਿਹੜੀ ਹੈਗੀ ਇਹਨਾਂ ਨੂੰ ਗਈ ਸੀ ਵੀ ਆਹ ਜਿਹੜੇ ਬੰਦੇ ਆਇਡੈਂਟੀਫਾਈਡ ਹੋ ਗਏ ਆ। ਮੈਨੂੰ ਉਹਨਾਂ ਨੇ ਫੋਨ ਕੀਤਾ, ਮੈਂ ਪਿੰਡੋਂ ਆਪਣੇ ਬੱਚੇ ਦੀ ਲਾਸ਼ ਲੈਣ ਗਿਆ, 24 ਘੰਟੇ ਖੜਾ ਰਿਹਾ, ਮੈਨੂੰ ਕਿਸੇ ਨੇ ਅੰਦਰ ਨਹੀਂ ਵੜਨ ਦਿੱਤਾ। ਤੇ ਉਦੋਂ ਬਾਅਦ ਅੱਜ ਤੱਕ ਜਦੋਂ ਵੀ ਕਿਸੇ ਵੀ ਦਫ਼ਤਰ 'ਚ ਜਾਂਦੇ ਆ ਧੱਕੇ ਪੈਂਦੇ ਆ। ਈਵਨ 2011 ਵਿੱਚ ਜਦੋਂ ਇੱਕ ਇਹਨਾਂ ਦਾ ਹੋਏ ਸੀਗੇ ਸੰਗਤ ਦਰਸ਼ਨ, ਉਦੋਂ ਵੀ ਮੈਂ ਤੇ ਮੇਰੀ ਵਾਈਫ ਕਾਲਜ ਨਕੋਦਰ ਗਏ ਹਾਂ, ਉਦੋਂ ਵੀ ਸਾਨੂੰ ਪੁਲਿਸ ਨੇ ਬਾਹਰ ਧੱਕੇ ਮਾਰ ਕੇ ਸੀ ਐਮ ਸਾਹਿਬ ਨੂੰ ਮਿਲਣੇ ਸੀ ਦਿੱਤਾ। ਅਤੇ ਹੁਣ ਤੁਸੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ ਦੇਖ ਕੇ ਦਿੱਤਾ ਸੀਗਾ, ਈਮੇਲ ਕੀਤੀ ਸੀ ਵੀ ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਜਿਹੜੀ ਹੈ ਉਹ ਤੁਸੀਂ ਜਦੋਂ ਹੁਣ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਜਨਤਕ ਕਰਨ ਜਾ ਰਹੇ ਹੋ ਪੰਜਾਬ ਵਿਧਾਨ ਸਭਾ ਦੇ ਅੰਦਰ, ਅਤੇ ਉਹ ਵੀ ਤੁਸੀਂ ਜਨਤਕ ਕਰੋ, ਅਤੇ ਉਦੋਂ ਬਾਅਦ ਜਦੋਂ ਇਹ ਨਹੀਂ ਹੋਈ ਤਾਂ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਦਾ ਜਿਹੜਾ ਤੁਸੀਂ ਕਿਸ ਤਰ੍ਹਾਂ ਦੀ ਪਹੁੰਚ ਕਿਹਨੂੰ ਕਿਹਨੂੰ ਮਿਲੇ ਫਿਰ ਉਸ ਤੋਂ ਬਾਅਦ ਅੱਗੇ? ਉਸ ਤੋਂ ਬਾਅਦ ਜੀ ਅਸੀਂ ਮਤਲਬ 2 ਲੈਟਰ ਕੱਢਿਆ ਹੋਰ ਜੀ, ਇੱਕ ਆਪਣੇ ਗਵਰਨਰ ਪੰਜਾਬ ਨੂੰ ਵੀ ਅਸੀਂ ਗ੍ਰੀਵੀਅੰਸ ਲੈਟਰ ਕੱਢੀ ਆ ਜੀ 12 ਤਰੀਕ ਨੂੰ ਜੀ ਜੀ 31 ਅਕਤੂਬਰ ਨੂੰ ਉਸ ਸੰਧੂ ਸਾਹਿਬ ਨੇ ਵੀ ਇਹਨਾਂ ਨੂੰ ਸੀ ਐਮ ਸਾਹਿਬ ਨੂੰ ਬਕਾਇਦਾ ਇੱਕ ਚਿੱਠੀ ਲਿਖੀ ਹੈ। ਅਤੇ ਹੁਣ ਤੁਸੀਂ ਇੱਕ ਵਾਰ ਮੈਂ ਫੇਰ ਪੁੱਛਦਾ ਵੀ ਤੁਸੀਂ ਇਨਸਾਫ ਕਿਸ ਤਰ੍ਹਾਂ ਦਾ ਚਾਹੁੰਦੇ ਹੋ? ਅਸੀਂ ਇਨਸਾਫ ਇਹ ਚਾਹੁੰਦੇ ਹਾਂ ਵੀ ਉਹ ਜਿਹੜੀ ਇਹਦੀ ਆ ਜਿੱਦਾਂ ਹੁਣ ਇਹਨਾਂ ਨੇ ਦੀ ਸੈੱਟ ਬਣਾਈ ਸੀ, ਇਵੇਂ ਹੀ ਇੱਕ ਸੈੱਟ ਬਣੀ ਜਾਵੇ, ਜੋ ਕੁਛ ਮਤਲਬ ਆਪਣੇ ਕਮਰ ਸੰਧੂ ਜੀ ਨੇ ਲਿਖਿਆ ਤੇ ਉਹਦੀ ਇਨਕੁਆਇਰੀ ਕਰੇ। ਇਨਕੁਆਇਰੀ ਕਰਨ ਤੋਂ ਬਾਅਦ ਜਿਹੜੇ ਇਹ ਪੁਲਿਸ ਅਫਸਰ ਹੈਗੇ ਆ, ਜਿਹੜੇ ਦੋ ਖਾਸ ਕਰਕੇ ਜਿਹੜੇ ਹੁਣ ਹੈਗੇ ਆ ਜ਼ਹਾਰ ਆਲਮ ਤੇ ਗੁਰੂ ਕੇ ਡੀ ਸੀ, ਇਹ ਕਟਹਿਰੇ 'ਚ ਖੜੇ ਕੀਤੇ ਜਾਣ। ਤੇ ਕਿਸ ਤਰ੍ਹਾਂ ਦੀ ਸਜ਼ਾ ਚਾਹੁੰਦੇ ਹੋ ਤੁਸੀਂ? ਜਿਹਨੇ ਉਹ ਤਾਂ ਜੋ ਕਾਨੂੰਨ ਦੇਵੇ ਜੀ, ਉਹ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਮਿਲਣੀ ਚਾਹੀਦੀ ਹੈ ਤਾਂ ਕਿ ਸਾਡੇ ਐਪ ਦੇ ਠੰਡੇ ਹੋਣ। ਤੇ ਤੁਸੀਂ ਤੁਹਾਡੇ ਮੁਤਾਬਕ ਜਿਹੜੇ ਦਰਬਾਰਾ ਸਿੰਘ ਗੁਰੂ ਤੇ ਜ਼ਹਾਰ ਆਲਮ ਹੀ ਜ਼ਿੰਮੇਵਾਰ ਨੇ ਕਿ ਉਸ ਮੌਕੇ ਦੀ ਸਰਕਾਰ ਵੀ ਜ਼ਿੰਮੇਵਾਰ ਹੈ? ਉਸ ਮੌਕੇ ਦੀ ਸਰਕਾਰ ਵੀ ਜ਼ਿੰਮੇਵਾਰ ਹੈ ਜੀ, ਜਿਹਦੇ ਜਿਹਨੇ ਮਤਲਬ ਉਸ ਵੇਲੇ ਸੀ ਐਮ ਬਰਨਾਲਾ ਸਾਹਿਬ ਸੀ, ਉਹਨੇ ਚਿੱਠੀ ਲਿਖੀ ਵੀ ਇਹਨਾਂ ਨੂੰ ਮਤਲਬ ਵਰਬਲੀ ਫੋਨ ਕੀਤਾ ਵੀ ਇਹਨਾਂ ਬੱਚਿਆਂ ਦੀਆਂ ਲਾਸ਼ਾਂ ਦਿੱਤੀਆਂ ਜਾਣ। ਤੇ ਮੈਂ ਤਾਂ ਸਮਝਦਾ ਉਹ ਜਿਹੜੇ ਸੀ ਐਮ ਸਾਹਿਬ ਵੀ ਇੱਦਾਂ ਦੇ, ਉਹਨਾਂ ਨੂੰ ਵੀ ਇਹ ਸੋਚਣਾ ਚਾਹੀਦਾ ਵੀ ਜਿਹੜੀ ਪੁਲਿਸ ਤੁਹਾਡੇ ਆਰਡਰ ਹੀ ਨਹੀਂ ਮੰਨਦੀ ਤਾਂ ਤੁਸੀਂ ਕੀ ਕਰ ਸਕਦੇ ਹੋ? ਇਹਨਾਂ ਨੇ ਆਪਦਰੀਆਂ ਕੀਤੀਆਂ, ਜਿਹੜਾ ਜਸਕੀਰ ਸਿੰਘ ਚਾਹਲ ਸੀਗਾ ਉਹਨੇ, ਜਿਹੜਾ ਹਰਮਿੰਦਰ ਸਿੰਘ ਸੰਧੂ ਸੀ ਨੱਥਾ ਸਿੰਘ ਦੇ ਆਰੇ ਤੋਂ ਉਸ ਮੁੰਡੇ ਨੂੰ ਫੜ ਕੇ ਉਹਦੇ ਬਾਅਦ ਵਿੱਚ ਗੋਲੀ ਮਾਰੀ, ਪਰ ਉਹ ਗੋਲੀ ਮਾਰਨ ਤੋਂ ਬਾਅਦ ਜਿੰਦਾ ਠੀਕ ਹੈ ਅਜੇ, ਜਦੋਂ ਉਹਦੇ ਮਤਲਬ ਉਹਨੂੰ ਪੋਸਟਮਾਰਟਮ ਲਈ ਉੱਥੇ ਭੇਜ ਦਿੱਤਾ, ਉੱਥੋਂ ਮਤਲਬ ਡਾਕਟਰ ਨੇ ਉਹਨੂੰ ਰੈਫਰ ਕਰਾਇਆ ਵੀ ਇਹ ਅਜੇ ਜਿੰਦਾ ਆ, ਇਹ ਇਹਨੂੰ ਤੁਸੀਂ ਕਹਿੰਦੇ ਜੀ ਇਹਨੂੰ ਅਸੀਂ ਜਲੰਧਰ ਲੈ ਕੇ ਜਾਂਦੇ ਹਾਂ ਰਾਹ ਵਿੱਚ ਫੇਰ ਮਾਰ ਕੇ ਲੈ। ਤੁਸੀਂ ਦੱਸੋ ਵੀ ਜਿਹੜੇ ਇੱਦਾਂ ਦੇ ਕਾਤਲ ਆ ਉਹਨਾਂ ਨੂੰ ਕਿੱਦਾਂ ਦੀ ਸਜ਼ਾ ਮਿਲਣੀ ਚਾਹੀਦੀ? ਮੈਂ ਤਾਂ ਕਹਿੰਦਾ ਇਹਨਾਂ ਲੋਕਾਂ ਨੂੰ ਫਾਂਸੀ ਹੋਣੀ ਚਾਹੀਦੀ ਹੈ, ਇਹਨਾਂ ਨੇ ਇਹਨਾਂ ਨੂੰ ਤਰੱਕੀਆਂ ਦਿੱਤੀਆਂ। ਔਰ ਸਾਰਾ ਵੱਡਾ ਕਾਰਨ ਇਹੀ ਆ ਵੀ ਜਿਹੜੀ ਸਰਕਾਰਾਂ ਹੈਗੀਆਂ ਇਹ ਪੁਲਿਸ ਨੂੰ ਹੀ ਬਚਾਉਂਦੀਆਂ ਆਈਆਂ ਹੈਗੀਆਂ ਹੁਣ ਤੋਂ ਲਾ ਕੇ, ਵੀ ਲੋਕਾਂ ਦੇ ਵਿੱਚ ਇਹਨਾਂ ਦਾ ਵਕਾਰ ਬਣਿਆ ਰਹੇ ਤੇ ਇਹ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਰਹਿਣ। ਜੀ ਬਹੁਤ ਸ਼ੁਕਰੀਆ ਤੁਹਾਡਾ ਬਲਦੇਵ ਸਿੰਘ ਲਿੱਤਰਾ ਜੀ ਸਾਡੇ ਨਾਲ ਗੱਲਬਾਤ ਕਰਨ ਲਈ। ਹੁਣ ਵੇਖਣਾ ਇਹ ਹੋਵੇਗਾ ਕਿ ਗ੍ਰਹਿ ਮੰਤਰੀ ਵੱਲੋਂ ਪੰਜਾਬ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਰਿਪੋਰਟ ਭੇਜਣ ਦੇ ਹੁਕਮ ਤੋਂ ਬਾਅਦ ਪੰਜਾਬ ਸਰਕਾਰ ਰਿਪੋਰਟ ਨੂੰ ਕਦੋਂ ਤੱਕ ਪਹੁੰਚਾਉਂਦੀ ਹੈ? ਬਿਊਰੋ ਰਿਪੋਰਟ।